ਉਹ ਮੈਨੂੰ ਇੱਕ ਬਲਦੇਵ ਸਿੰਘ ਬਰਾੜ ਉਹ ਮੋਟਰਸਾਈਕਲ ਚਲਾ ਰਿਹਾ ਸੀ, ਡੈਡੀ ਨੇ ਮੈਨੂੰ ਪਿੱਛੇ ਫੜਿਆ ਹੋਇਆ ਸੀ, ਦੋਨੋਂ ਬਾਹਾਂ ਮੇਰੀਆਂ ਮਰੋੜੀਆਂ ਹੋਈਆਂ। ਮਾਪਿਆਂ ਦੇ ਖਿਲਾਫ ਜਾ ਕੇ ਇੱਕ ਕੁੜੀ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਲਵ ਮੈਰਿਜ ਕਰਵਾਈ ਗਈ। ਜਦੋਂ ਇਸ ਗੱਲ ਦਾ ਪਿਤਾ ਨੂੰ ਪਤਾ ਲੱਗਾ ਤਾਂ ਉਸਦੇ ਵੱਲੋਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਦੋਂ ਉਸਦੀ ਧੀ ਅਤੇ ਉਸਦਾ ਜਵਾਈ ਥਾਣੇ ਦੇ ਵਿੱਚੋਂ ਬਿਆਨ ਦਰਜ ਕਰਵਾ ਕੇ ਵਾਪਸ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਘੇਰਿਆ ਗਿਆ। ਆਪਣੀ ਧੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ, ਆਪਣੇ ਘਰ ਲਿਜਾਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸਦੀ ਧੀ ਨਹੀਂ ਮੰਨੀ ਤਾਂ ਪਿਤਾ ਦੇ ਵੱਲੋਂ ਜ਼ਬਰਦਸਤੀ ਬਾਈਕ 'ਤੇ ਉਸਨੂੰ ਘੜੀਸਿਆ ਗਿਆ ਤਾਂ ਧੀ ਦੇ ਪੈਰਾਂ 'ਤੇ ਸੱਟਾਂ ਵੀ ਵੱਜੀਆਂ ਨੇ। ਮਾਮਲਾ ਮੋਗਾ ਦਾ ਹੈ ਜਿੱਥੇ ਪ੍ਰੇਮ ਸੰਬੰਧਾਂ ਦੇ ਚੱਲਦੇ ਇੱਕ ਧੀ ਨੇ ਘਰੋਂ ਭੱਜ ਕੇ ਆਪਣੇ ਪ੍ਰੇਮੀ ਦੇ ਨਾਲ ਵਿਆਹ ਕਰਵਾਇਆ, ਜਿਸ ਤੋਂ ਬਾਅਦ ਪਿਤਾ ਨਾਰਾਜ਼ ਹੋ ਗਿਆ। ਆਪਣੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਧੀ ਨੂੰ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਮੌਕੇ ਖਿੱਚ ਤੂੰ ਹੋਈ, ਕੁੜੀ ਦੇ ਪੈਰਾਂ 'ਤੇ ਸੱਟਾਂ ਵੱਜੀਆਂ ਨੇ। ਪੁਲਿਸ ਨੇ ਕੁੜੀ ਨੂੰ ਮੋਗਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਉੱਧਰ ਕੁੜੀ ਦੇ ਬਿਆਨਾਂ ਤੋਂ ਬਾਅਦ ਉਸਦੇ ਪਿਤਾ ਅਤੇ 5 ਦੇ ਖਿਲਾਫ ਧਾਰਾ 365, 341, 323, 148, 149 ਤਹਿਤ ਮਾਮਲਾ ਦਰਜ ਕੀਤਾ ਗਿਆ। ਮਾਮਲਾ ਮੋਗਾ ਦਾ ਹੈ। ਕੁੜੀ 19 ਸਾਲ ਦੀ ਹੈ ਜਿਸ ਨੇ ਆਪਣੀ ਮਰਜ਼ੀ ਦੇ ਨਾਲ ਘਰੋਂ ਭੱਜ ਕੇ ਆਪਣੇ ਪ੍ਰੇਮੀ ਦੇ ਨਾਲ ਲਵ ਮੈਰਿਜ ਕਰਵਾਈ ਸੀ ਆਪਣੇ ਮਾਪਿਆਂ ਤੋਂ ਬਿਨਾਂ ਪੁੱਛੇ। ਤਾਂ ਪਿਤਾ ਨੂੰ ਜਦੋਂ ਪਤਾ ਲੱਗਾ ਤਾਂ ਉਸਨੂੰ ਗੁੱਸਾ ਚੜ੍ਹਿਆ। ਰਸਤੇ ਦੇ ਵਿੱਚ ਉਸਨੇ ਆਪਣੀ ਧੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਘਰ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮੰਨੀ, ਜਿਸ ਮੌਕੇ ਖਿੱਚ ਤੂੰ ਹੋਈ, ਧੀ ਦੇ ਪੈਰਾਂ 'ਤੇ ਸੱਟਾਂ ਵੱਜੀਆਂ ਨੇ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਹੌਸਪੀਟਲ ਦੀਆਂ ਨੇ, ਜਿਸ ਨੂੰ ਹੌਸਪੀਟਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸ ਮੌਕੇ ਇੱਕ ਧੀ ਦੇ ਵੱਲੋਂ ਆਪਣੇ ਪਿਤਾ ਅਤੇ ਆਪਣੇ ਹੋਰ ਰਿਸ਼ਤੇਦਾਰਾਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਜਦੋਂ ਅਸੀਂ 23 ਤਰੀਕ ਨੂੰ ਆਨੰਦ ਕਾਰਜ ਕਰਵਾਏ ਸੀਗੇ ਅਤੇ 24 ਤਰੀਕ ਨੂੰ ਸਾਡੀ ਕੋਰਟ ਮੈਰਿਜ ਹੋਈ ਸੀਗੀ, ਅਤੇ ਜਦੋਂ ਇਹਨਾਂ ਨੇ ਰਿਪੋਰਟ ਦਿੱਤੀ ਮੇਰੇ ਘਰਦਿਆਂ ਨੇ, ਅਤੇ ਉਹਨਾਂ ਨੇ ਮੇਰੇ ਮਤਲਬ ਥਾਣੇ ਸਾਨੂੰ ਸੱਦਿਆ ਕਿ ਤੁਸੀਂ ਬਿਆਨ ਦੇ ਕੇ ਜਾਓ ਆਪਦੇ, ਅਤੇ ਜਦੋਂ ਅਸੀਂ ਬਿਆਨ ਦੇ ਕੇ ਆਏ ਅਤੇ ਅਸੀਂ ਜੋ ਇੱਥੇ ਸੁਖਦੀਪ ਸਿੰਘ ਬਰਾੜ ਇੱਕ ਪੁਲਿਸ ਸਟੇਸ਼ਨ 'ਚ ਮੁੰਡਾ ਵਾ, ਸੁੱਖੀ ਉਹਨੂੰ ਕਹਿੰਦੇ ਆ, ਅਤੇ ਉਹਨੇ ਸਾਡੀ ਇਨਫੋਰਮੇਸ਼ਨ ਦਿੱਤੀ ਵੀ ਇਹ ਪੇਸ਼ ਹੋ ਗਏ ਆ। ਇੰਨੇ ਜਦੋਂ ਅਸੀਂ ਬਿਆਨ ਦੇ ਕੇ ਬਾਹਰ ਨਿਕਲੇ, ਇੰਨੇ ਸਾਡੇ ਘਰ ਦੇ ਸਾਡੇ ਸਾਹਮਣੇ ਖੜ੍ਹੇ ਸੀ, ਬਟ ਅਸੀਂ ਫਿਰ ਵੀ ਅਸੀਂ ਚਲੋ ਉੱਥੋਂ ਤੁਰ ਪਏ। ਜਦੋਂ ਤੁਰ ਪਏ ਤਾਂ ਦਾਣਾ ਮੰਡੀ ਸਬਜ਼ੀ ਮੰਡੀ ਤੱਕ ਜਦੋਂ ਅਸੀਂ ਆਏ ਅਤੇ ਇਹਨਾਂ ਨੇ ਸਾਨੂੰ ਅੱਗੇ ਬਾਈਕ ਲਾਤਾ ਅਤੇ ਮੈਨੂੰ ਫੜਨ ਲੱਗ ਗਏ। ਮੇਰੇ ਮਾਮਾ ਬਰਾੜ, ਇੱਕ ਬਲਦੇਵ ਸਿੰਘ ਬਰਾੜ ਹੈਗਾ ਵਾ, ਅਤੇ ਇੱਕ ਦੀਪਕ ਕੁਮਾਰ ਅਤੇ ਇੱਕ ਗੌਰਵ, ਇਹ ਸਾਡੇ ਇੱਕ ਮੁੰਡਾ ਦੁਕਾਨ 'ਤੇ ਲੱਗਿਆ ਸੀ, ਇੱਕ ਮੇਰਾ ਮਾਮਾ ਸੀ, ਇੱਕ ਮੇਰੇ ਡੈਡੀ ਦਾ ਦੋਸਤ ਸੀ ਅਤੇ ਡੈਡੀ ਸੀ। ਇਹਨਾਂ ਨੇ ਚਾਰਾਂ ਨੇ ਮੈਨੂੰ ਫੜ ਲਿਆ ਅਤੇ ਉੱਥੇ 15-20 ਜਣਿਆਂ ਨੇ ਇਹਨਾਂ ਨੂੰ ਫੜ ਕੇ ਸਾਈਡ 'ਤੇ ਕਰਤਾ ਵੀ ਮੈਨੂੰ ਲੈ ਕੇ ਜਾ ਰਹੇ ਸੀ। ਉੱਥੋਂ ਇਹਨਾਂ ਨੇ ਮੈਨੂੰ ਘੜੀਸਣਾ ਸ਼ੁਰੂ ਕੀਤਾ, ਅਕਾਲਸਰ ਰੋਡ ਤੱਕ ਮੈਨੂੰ ਘੜੀਸਦੇ ਲੈ ਕੇ ਗਏ, ਚੰਗੀ ਤਰ੍ਹਾਂ ਮਤਲਬ ਘੜੀਸ ਕੇ ਲੈ ਕੇ ਗਏ। ਉੱਥੇ ਇਹਨਾਂ ਨੇ ਮੇਰੇ ਕੱਪੜੇ ਕੁੱਪੜੇ ਵੀ ਫਾੜਤੇ, ਅਤੇ ਉਸ ਤੋਂ ਬਾਅਦ ਇੱਕ ਸ਼ਿਵ ਸੈਨਾ ਦੀ ਪ੍ਰਧਾਨ ਆਈ, ਉਹ ਇਹ ਸਾਰੇ ਕਹਿਣ ਲੱਗ ਗਏ ਕਿ ਇਹ ਭੱਜ ਕੇ ਆਈ ਹੈ ਘਰੋਂ, ਅਤੇ ਉਹ ਕਹਿੰਦੇ ਚੱਲ ਭੱਜ ਕੇ ਵੀ ਆਈਏ, ਵੀ ਮੇਰੀ ਗਰੰਟੀ ਹੈ ਕਿਤੇ ਨਹੀਂ ਜਾਂਦੀ, ਵੀ ਤੁਸੀਂ ਇੱਥੇ ਬਾਈਕ ਰੋਕੋ। ਜਦੋਂ ਉਹਨਾਂ ਨੇ ਰੋਕਿਆ, ਇੰਨੇ ਪੁਲਿਸ ਆ ਗਈ ਪਿੱਛੇ, ਉਹ ਕਹਿੰਦੇ ਵੀ ਇਹਨਾਂ ਦੀ ਮੈਰਿਜ ਹੋਈ ਹੋਈ ਹੈ, ਲੀਗਲੀ ਮੈਰਿਜ ਹੋਈ ਹੈ, ਭੱਜ ਕੇ ਨਹੀਂ ਆਈ, ਅਤੇ ਇਹਨਾਂ ਨੂੰ ਮੇਰੇ ਪਾਪਾ ਨੇ ਪਾਪਾ ਨੂੰ ਅਰੈਸਟ ਕਰ ਲਿਆ ਅਤੇ 3 ਜਣੇ ਹਜੇ ਵੀ ਬਾਹਰ ਆ। ਹਾਂਜੀ, ਨਹੀਂ ਅਸੀਂ 2 ਵਾਰੀ ਮਤਲਬ ਘਰ ਗੱਲ ਕੀਤੀ ਹੈ ਅਤੇ ਘਰਦਿਆਂ ਨੇ ਮੰਨੇ ਨਹੀਂ ਗਏ। ਮੇਰੇ ਪੈਰ ਦੋਨੋਂ ਪੈਰਾਂ 'ਤੇ ਸੱਟਾਂ ਵੱਜੀਆਂ ਅਤੇ ਇੱਕ ਇੱਧਰ ਗੋਡੇ ਬਾਈਕ 'ਤੇ। ਉਹ ਮੈਨੂੰ ਇੱਕ ਬਲਦੇਵ ਸਿੰਘ ਬਰਾੜ ਉਹ ਮੋਟਰਸਾਈਕਲ ਚਲਾ ਰਿਹਾ ਸੀ, ਡੈਡੀ ਨੇ ਮੈਨੂੰ ਪਿੱਛੇ ਫੜਿਆ ਹੋਇਆ ਸੀ, ਦੋਨੋਂ ਬਾਹਾਂ ਮੇਰੀਆਂ ਮਰੋੜੀਆਂ ਹੋਈਆਂ ਸੀ। ਹਾਂਜੀ, ਸੜਕ 'ਤੇ ਘੜੀਸ ਦੇ ਲੈ ਕੇ ਗਏ ਆ। ਨਹੀਂ, ਬਹੁਤ ਜਣੇ ਖੜ੍ਹੇ ਸੀ, ਹਜ਼ਾਰਾਂ ਦੇ ਹਿਸਾਬ ਨਾਲ ਲੋਕ ਖੜ੍ਹੇ ਸੀ, ਬਟ ਕੋਈ ਹੱਥ ਨਹੀਂ ਪਾ ਰਿਹਾ ਸੀਗਾ। ਮੈਂ ਇੰਨੀਆਂ ਚੀਕਾਂ ਮਾਰੀਆਂ, ਕਿਸੇ ਨੇ ਨਹੀਂ ਮੈਨੂੰ ਛੁਡਾਇਆ। ਬਟ ਜਦੋਂ ਅਸੀਂ ਮੋੜ 'ਤੇ ਪਹੁੰਚੇ ਘਰ ਦੇ, ਉਹ ਸ਼ਿਵ ਸੈਨਾ ਦੀ ਪ੍ਰਧਾਨ ਸੀਗੇ ਕੋਈ ਮੈਂਬਰ, ਉਹਨਾਂ ਨੇ ਮੈਨੂੰ ਛੁਡਾਇਆ। ਇੰਨੀ ਪੁਲਿਸ ਆ ਗਈ ਸੀ ਪਿੱਛੇ, ਹਸਬੈਂਡ ਨੇ ਪੁਲਿਸ ਨੂੰ ਦੱਸਣ ਚਲੇ ਗਏ ਸੀ ਵੀ ਉਹਨਾਂ ਨੂੰ ਲੈ ਗਏ ਆ, ਤਾਂ ਕਰਕੇ।
ਵੀ ਉਹ ਫੋਨ ਨਹੀਂ ਚੱਕ ਰਹੇ ਸੀ ਪੁਲਿਸ ਵਾਲੇ, ਉਹ ਫਿਰ ਥਾਣੇ ਚਲੇ ਗਏ ਸੀ। ਇਹ ਜੀ ਕਸ਼ਿਸ਼ ਪਤਨੀ ਪ੍ਰਭਦਿਆਲ ਚਾਂਦਲਾ ਵਾਸੀ ਸ਼ਹੀਦ ਭਗਤ ਸਿੰਘ ਨਗਰ ਕੱਚਾ ਦਸਾਂਈ ਰੋਡ, ਇਹਨਾਂ ਨੇ 24/5 ਨੂੰ ਕੋਰਟ ਮੈਰਿਜ ਹੋਈ ਸੀ ਇਹਨਾਂ ਦੀ, ਉਹਦੇ ਸੰਬੰਧੀ ਥਾਣੇ ਬਿਆਨ ਲਿਖਾਉਣ ਆਏ ਸੀ। ਬਿਆਨ ਲਿਖਾਉਣ ਤੋਂ ਬਾਅਦ ਇਹ ਜਦੋਂ ਚਲੇ ਗਏ ਬਾਹਰ ਮੰਡੀ 'ਚ, ਉੱਥੇ ਜਾ ਕੇ ਉਹਦੇ ਜਿਹੜੇ ਰਿਸ਼ਤੇਦਾਰ ਸੀਗੇ, ਲੜਕੀ ਦਾ ਬਾਪ, ਮਾਸੜ, ਉਹਦਾ ਮੁੰਡਾ, ਦੋ ਤਿੰਨ ਬੰਦੇ ਹੋਰ ਸੀਗੇ, ਉਹਨਾਂ ਨੇ ਉੱਥੋਂ ਮੋਟਰਸਾਈਕਲ ਤੋਂ ਉਤਾਰ ਕੇ ਉਹਨੇ ਆਪਦੇ ਮੋਟਰਸਾਈਕਲ ਘੜੀਸ ਕੇ ਬਿਠਾ ਲਈ, ਅਤੇ 2-3 ਕਿਲੋਮੀਟਰ ਨੂੰ ਲੈ ਗਏ। ਚਲੋ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਲੋਕਾਂ ਦੀ ਮਦਦ ਨਾਲ ਕੁੜੀ ਬਰਾਮਦ ਕਰ ਲਈ, ਕੁੜੀ ਦੇ ਸੱਟਾਂ ਸੁੱਟਾਂ ਲੱਗੀਆਂ, ਉਹਨੂੰ ਦਾਖਲ ਕਰਵਾਇਆ ਮੈਡੀਕਲ। ਹਾਂਜੀ, ਲਵ ਮੈਰਿਜ ਕਰੀ, ਪਰਿਵਾਰ ਵਾਲੇ ਮੰਨਦੇ ਨਹੀਂ ਸੀਗੇ। ਹਾਂਜੀ, ਇਹ ਕੱਲ੍ਹ ਬਿਆਨ ਕਾਹਦੇ ਦਿਖਾਉਣ ਆਏ ਸੀਗੇ ਜੀ? ਪ੍ਰੋਟੈਕਸ਼ਨ ਦੇ ਸੰਬੰਧ 'ਚ, ਇੱਥੇ ਰਾਈ ਨਵਾਂ ਹੋ ਗਿਆ ਸੀਗੇ ਅਤੇ ਮਾਮਲਾ ਦਰਜ ਕਰ ਲਿਆ ਜੀ। ਹਾਂ, FIR ਨੰਬਰ 88 ਦਰਜ ਹੋ ਗਈ, 341, 345, 48। ਕਿੰਨੇ ਜਣੇ ਦੇ ਖਿਲਾਫ ਮਾਮਲਾ? 5 ਜਣੇ।